ਰਾਮ ਤੇ ਕਿਦਾ ਰਾਮ ਤੇ ਕਿਦਾ ਮੰਗੋ ਰਾਮ ਤੇ ਕਿਦਾ ਰਾਮ ਤੇ ਕਿਦਾ ਸਗਲ ਮਨੋਰਥ ਪੂਰਨ ਹੋਵੇ ਸਗਲ ਮਨੋਰਥ ਪੂਰਨ ਹੋਵੇ ਸਗਲ ਮਨੋਰਥ ਪੂਰਨ ਹੋਵੇ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਸਿਮਰੋ ਤੁਮਰਾ ਸਿਮਰੋ ਤੁਮਰਾ ਨਾਮ ਸਿਮਰੋ ਤੁਮਰਾ ਨਾਮ ਮੰਗੋ ਰਾਮ ਤੇ ਕਿਦਾਂ ਰਾਮ ਤੇ ਕਿਦਾਂ ਮੰਗੋ ਰਾਮ ਤੇ ਮਾਲਕ ਜੀ ਦਿੱਤਿਆ ਇਹ ਤਰਸ ਹੈ ਸਤਿਗੁਰ ਜੀ ਦਾ ਤਰਸ ਕਿ ਅੰਮ੍ਰਿਤ ਵੇਲੇ ਆਪਣੀ ਗੋਦੀ ਚ ਬਿਠਾ ਕੇ ਆਪਣਾ ਗਿਆਨ ਸਾਨੂੰ ਦੇ ਰਹੇ ਨੇ ਆਪਣੀ ਸੁਮਤ ਦੇ ਨਾਲ ਸਾਡੀ ਝੋਲੀ ਭਰ ਰਹੇ ਨੇ ਕਿੱਡੀ ਪਿਆਰੀ ਅੱਜ ਵਿਚਾਰ ਸਤਿਗੁਰ ਜੀ ਨੇ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਕਹਿੰਦੇ ਰਾਮ ਵਾਹਿਗੁਰੂ ਦੇ ਕੋਲੋਂ ਹਰ ਕੋਈ ਬੰਦਾ ਮੰਗਦਾ ਹਰ ਬੰਦਾ ਮੰਗ ਰਿਹਾ ਉਹ ਗੱਲ ਵੱਖਰੀ ਹੈ ਕਿਸੇ ਦੀ ਮੰਗ ਪਰਮਾਰਥੀ ਹੈ ਕਿਸੇ ਦੀ ਮੰਗ ਸੰਸਾਰਕ ਹੈ ਮੰਗ ਰਿਹਾ ਹੁਣ ਜੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਹੱਠ ਕਰਕੇ ਬਹਿਣਾ ਕੀਤਾ ਤੇ ਮੰਗ ਕੀ ਸੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਆਖੋ ਸਤਨਾਮ ਹੈ ਤਾਂ ਮੰਗ ਹੀ ਹੈ ਨਾ ਜੀ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਖ ਗੋਦਾਵਰੀ ਦੇ ਕੰਢੇ ਹੱਠ ਕਰਕੇ ਬੈਠੇ ਨੇ ਜਾਪ ਕਰ ਰਹੇ ਨੇ ਜਪਜੀ ਸਾਹਿਬ ਦਾ 1,25,00,000 ਜਾਪ ਕੀ ਮੰਗ ਹੈ ਬਾਜਾਂ ਵਾਲੇ ਤੇਰੇ ਦਰਸ਼ਨ ਹੋ ਜਾ ਹੈ ਤਾਂ ਮੰਗ ਹੈ ਨਾ ਕਿਸੇ ਦੀ ਮੰਗ ਪਰਮਾਰਥ ਦੀ ਹੈ ਕਿਸੇ ਦੀ ਸੰਸਾਰ ਦੀ ਹੈ ਪਰ ਮੰਗ ਹੈ ਬੱਚਾ ਜਨਮ ਲੈਂਦਾ ਜਨਮ ਲੈਂਦਿਆਂ ਹੀ ਮੰਗ ਸ਼ੁਰੂ ਹੋ ਜਾਂਦੀ ਹੈ ਹਾਲੇ ਮਾਂ ਨੂੰ ਨਹੀਂ ਪਛਾਣਦਾ ਪਿਓ ਨੂੰ ਨਹੀਂ ਪਛਾਣਦਾ ਕਿਸੇ ਨੂੰ ਨਹੀਂ ਪਛਾਣਦਾ ਪਹਿਲਾ ਦਿਨ ਹੈ ਧਰਤੀ ਤੇ ਇਸ ਮਨੁੱਖ ਦਾ ਪਹਿਲਾ ਦਿਨ ਕਿਸੇ ਦੀ ਪਛਾਣ ਨਹੀਂ ਹੈ
ਪਰ ਮੰਗ ਸ਼ੁਰੂ ਹੋ ਗਈ ਹੈ, ਦੁੱਧ ਚਾਹੀਦਾ। ਆਖੋ ਸਤਨਾਮ, ਦੁੱਧ ਚਾਹੀਦਾ, ਦੁੱਧ ਦੀ ਮੰਗ। ਨਹੀਂ ਮਿਲੇ ਤੇ ਰੋਣਾ ਸ਼ੁਰੂ ਕਰ ਦੇਗਾ, ਆਖੋ ਸਤਨਾਮ, ਬੱਚਾ ਰੋਣਾ ਸ਼ੁਰੂ ਕਰ ਦੇਗਾ। ਪਹਿਲੇ ਦਿਨ ਤੋਂ ਮੰਗ ਸ਼ੁਰੂ ਹੋਈ, ਅਖੀਰਲੇ ਦਿਨ ਤੱਕ ਮੰਗ ਚੱਲਦੀ ਰਹਿੰਦੀ ਹੈ, ਰੁਕ ਹੀ ਨਹੀਂ ਸਕਦੀ ਜੀ ਮੰਗ। ਮਤਲਬ ਹੀ ਨਹੀਂ ਕਿ ਰੁਕ ਜਾਵੇ, ਆਪਾਂ ਕਹੀਏ ਮੰਗ ਰੁਕ ਜਾਵੇ, ਮਤਲਬ ਹੀ ਨਹੀਂ। ਬਸ ਮਹਾਰਾਜ ਨੇ ਇੱਕ ਫਾਰਮੂਲਾ ਦੇ ਦਿੱਤਾ, ਜਿਹੜੀ ਮੰਗ ਹਰ ਵੇਲੇ ਦੁਨਿਆਵੀ ਪੱਧਰ ਤੇ ਸਾਧ ਸੰਗਤ ਮੰਗ ਨਿਕਲਦੀ ਸੀ, ਮਹਾਰਾਜ ਕਹਿੰਦੇ ਨੇ ਜਦੋਂ ਦੁਨਿਆਵੀ ਤਲ ਤੇ ਕਿਤੇ ਰੱਜ ਹੋ ਜਾਵੇ, ਹੁਣ ਦਰਗਾਹੀ ਵਾਲੇ ਪਾਸੇ ਤੋਂ ਨਹੀਂ, ਆਖੋ ਸਤਨਾਮ, ਹੁਣ ਦਰਗਾਹੀ ਵਾਲੇ ਪਾਸੇ। ਜਦੋਂ ਕੋਈ ਦੁਨੀਆ ਦੀ ਮੰਗ ਮੰਗਣੀ ਹੈ ਨਾ, ਅੱਜ ਦੋ ਢੰਗ ਆਪ ਜੀ ਦੇ ਚਰਨਾਂ 'ਚ ਦਾਸ ਨੇ ਰੱਖਣੇ, ਅੱਜ ਦੋ ਵਿਚਾਰਾਂ ਤੁਹਾਡੇ ਚਰਨਾਂ ਦੇ ਵਿੱਚ ਦਾਸ ਨੇ ਰੱਖਣੀਆਂ। ਪਹਿਲੀ ਵਿਚਾਰ, ਕੋਈ ਦੁਨਿਆਵੀ ਚੀਜ਼ ਚਾਹੀਦੀ ਹੈ, ਕੋਈ ਦੁਨਿਆਵੀ ਚੀਜ਼ ਮੰਗੋ, ਕੋਈ ਮਾੜੀ ਗੱਲ ਨਹੀਂ। ਆਪਣੇ ਸਾਹਿਬ ਕੋਲੋਂ ਮੰਗਣਾ ਹੈ ਨਾ ਜੀ, ਮੰਗੋ, ਕੋਈ ਮਾੜੀ ਗੱਲ ਨਹੀਂ, ਪਰ ਇੱਕ ਜੁਗਤੀ ਦੇ ਨਾਲ ਮੰਗਿਓ, ਉਹ ਮੰਗ ਵੀ ਤੁਹਾਡੀ ਭਗਤੀ ਬਣ ਜਾਵੇ। ਆਖੋ ਸਤਨਾਮ, ਪੰਜ ਸੱਤ ਦਿਨ ਪਹਿਲੇ ਸਾਧ ਸੰਗਤ ਸੰਗਤਾਂ ਦਾਸ ਨੂੰ ਮਿਲ ਰਹੀਆਂ। ਇੱਕ ਬੀਬੀ ਨਾ ਬਹੁਤ ਕਲਪੀ ਹੋਈ, ਥੋੜ੍ਹੀ ਵੱਡੀ ਜਿਹੀ ਉਮਰ ਦੀ, ਬਹੁਤ ਕਲਪੀ, ਭਾਂਤ ਭਾਂਤ ਦੇ ਸਰੀਰ, ਸਾਧ ਸੰਗਤ ਇੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਰਸ਼ਨ ਹੁੰਦੇ ਨੇ, ਬਹੁਤ ਕਲਪੀ ਹੋਈ ਆ ਕੇ ਨਾ, ਜਿਵੇਂ ਮੰਨ ਲਓ ਸਾਰਾ ਕਸੂਰ ਹੀ ਮੇਰਾ ਹੈ, ਆਖੋ ਸਤਨਾਮ, ਰੱਬ ਜਾਣੇ ਪਤਾ ਨਹੀਂ ਸਾਰਾ ਗੁੱਸਾ ਹੀ ਮੇਰੇ ਤੇ ਲਾਉਣ ਆਈ ਸੀ ਬੀਬੀ। ਮੈਂ ਗੁਰੂ ਨਾਨਕ ਸਾਹਿਬ ਕੋਲੋਂ ਮੈਂ ਮੰਗਦੀ, ਦਿੰਦੇ ਨਹੀਂ, ਇੰਨੀ ਦੇਰ ਦੀ ਮੈਂ ਮੰਗਦੀ ਪਈ ਹਾਂ, ਇੰਨੀ ਦੇਰ ਦੀ, ਇੱਕ ਮੰਗ ਨਹੀਂ ਮੇਰੀ ਪੂਰੀ ਕਰਦੇ, ਇੱਕ ਮੰਗ ਨਹੀਂ, ਮਤਲਬ ਏਦਾਂ ਦਾ ਉਲਾਂਭਾ ਮੈਨੂੰ ਦੇਈ ਜਾਵੇ, ਮੈਨੂੰ ਦੇਈ ਜਾਵੇ। ਮੈਂ ਕਿਹਾ ਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਉਹ ਉਲਾਂਭਾ ਮੈਨੂੰ ਕਾਹਨੂੰ ਦੇਈ ਜਾਂਦੇ? ਤੇ ਅੱਗੋਂ ਹੱਸ ਕੇ ਕਹਿਣ ਲੱਗੀ, ਕਹਿੰਦੇ ਤੁਸੀਂ ਉਹ ਹੀ ਜੋੜਿਆ ਹੈ ਨਾ ਅੰਮ੍ਰਿਤ ਵੇਲੇ ਦੇ ਨਾਲ, ਤੁਸੀਂ ਉਹ ਹੀ ਕਹਿੰਦੇ ਹੋ ਨਾ, ਮੰਗੋ। ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਦਾਸ ਜ਼ਰੂਰ ਕਹਿੰਦਾ ਮੰਗੋ, ਪਰ ਕੋਈ ਇੱਕ ਢੰਗ ਤਰੀਕਾ ਹੁੰਦਾ ਹੈ ਮੰਗਣ ਦਾ ਜੀ। ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਿਵੇਂ ਮੰਗਿਆ? ਮੈਂ ਕਿਹਾ ਮੈਨੂੰ ਨਹੀਂ ਪਤਾ ਤੁਹਾਡੀ ਮੰਗ ਕੀ ਹੈ, ਨਾ ਮੈਂ ਪੁੱਛਣੀ, ਨਾ ਤੁਸੀਂ ਦੱਸਿਓ, ਬਸ ਮੈਨੂੰ ਤਰੀਕਾ ਦੱਸ ਦਿਓ ਕਿ ਤੁਸੀਂ ਮੰਗ ਕਿਵੇਂ ਮੰਗੀ ਮਹਾਰਾਜ ਕੋਲ, ਮੰਗ ਆਪਣੀ ਕਿਵੇਂ ਰੱਖੀ। ਕਹਿੰਦੇ ਕਮਾਲ ਹੈ, ਕਿਵੇਂ ਰੱਖੀ ਦੀ? ਵੀ ਮਹਾਰਾਜ ਅੱਗੇ ਬੇਨਤੀ ਲਈ ਦੀ ਹੈ, ਮਹਾਰਾਜ ਆ ਚੀਜ਼ ਦਿਓ, ਮਹਾਰਾਜ ਆ ਚੀਜ਼ ਦਿਓ। ਮੈਂ ਕਿਹਾ ਇੱਦਾਂ ਹੀ ਬੇਨਤੀ ਲਾਉਂਦੇ ਹੋ? ਕਹਿੰਦੀ ਹਾਂਜੀ। ਕੁਝ ਭੇਟਾ ਮੈਂ ਕਿਹਾ ਅੱਗੇ ਰੱਖ ਦਿਓ,
ਕਹਿੰਦੇ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੀਦਾ, ਫਿਰ ਮਾਇਆ ਭੇਟਾ ਰੱਖੀ ਦੀ ਆ। ਮੈਂ ਕਿਹਾ ਬੀਬੀ ਆਹ ਹੱਥ ਬੰਨ ਬੇਨਤੀ ਹੈ, ਮੰਗੋ, ਕੋਈ ਹਰਜ ਨਹੀਂ। ਪਿਓ ਕੋਲ ਨਹੀਂ ਮੰਗਣਾ ਤੇ ਕਿਹਦੇ ਕੋਲ ਮੰਗਣਾ ਹੈ ਜੀ? ਬੱਚੇ ਨੇ ਪਿਓ ਕੋਲ ਹੀ ਮੰਗਣਾ ਹੈ। ਪਰ ਮੈਂ ਕਿਹਾ ਬੀਬੀ ਜੀ ਉਹ ਮੰਗ ਨੂੰ ਭਗਤੀ ਬਣਾਓ, ਉਹ ਮੰਗ ਨੂੰ ਭਗਤੀ ਬਣਾ ਦਿਓ, ਭਗਤੀ ਦੀ ਰੌਹ ਦੇ ਵਿੱਚ ਮੰਗੋ। ਮੈਂ ਸਮਝੀ ਨਹੀਂ। ਮੈਂ ਕਿਹਾ 250 ਪਾਠ ਜਪਜੀ ਸਾਹਿਬ ਦੇ ਕਰਕੇ ਫਿਰ ਅੱਗੇ ਮੰਗ ਰੱਖ। ਆਖੋ ਸਤਨਾਮ। ਗਰੀਬ ਨਿਵਾਜ, ਇਹ 250 ਪਾਠ ਭੇਟਾ ਆਪ ਜੀ ਵਾਸਤੇ। ਗਰੀਬ ਨਿਵਾਜ, ਤੁਸੀਂ ਸਿਰ 'ਤੇ ਹੱਥ ਰੱਖ ਕੇ ਸੇਵਾ ਲਈ ਪ੍ਰਵਾਨ ਕਰ ਲਓ, ਸਾਹਿਬ ਕਰੇ ਕਬੂਲ, ਪ੍ਰਵਾਨ ਕਰ ਲਓ। ਗਰੀਬ ਨਿਵਾਜ, ਸੱਚੇ ਪਾਤਸ਼ਾਹ ਗਰੀਬ ਦੀ ਛੋਟੀ ਜੀ ਮੰਗ ਹੈ। ਮੈਂ ਕਿਹਾ ਮੰਗ ਨੂੰ ਭਗਤੀ ਬਣਾ ਲਓ। ਕਰਮਾਂ ਵਾਲਿਓ, ਪਹਿਲਾ ਢੰਗ ਤਰੀਕਾ ਹੈ ਮੰਗ ਮੰਗਣ ਦਾ। ਆ ਜਿਹੜੀ ਮੰਗ ਮੰਗਣੀ ਹੈ ਇਹਨੂੰ ਭਗਤੀ, ਭਗਤੀ ਦਾ ਰੂਪ ਬਣਾਓ। ਪਰ ਇਸ ਤੋਂ ਉੱਪਰ ਦੀ ਇੱਕ ਪੌੜੀ ਸਾਹਿਬ ਕਹਿੰਦੇ ਨੇ, ਕਹਿੰਦੇ ਠੀਕ ਹੈ ਤੂੰ ਮੰਗ ਮੰਗ ਰਿਹਾ, ਭਗਤੀ ਵੀ ਕਰ ਰਿਹਾ, ਮੁਬਾਰਕ ਹੈ, ਕੁਝ ਲੈਣ ਵਾਸਤੇ ਕੁਝ ਦੇ ਰਿਹਾ, ਇਹ ਤਾਂ ਇੱਕ ਸੌਦਾ ਹੋ ਗਿਆ। ਆਖੋ ਸਤਨਾਮ। ਸੌਦਾ ਕੀ ਹੁੰਦਾ? ਸੌਦਾ ਲੈਣ ਜਾਂਦੇ ਹਾਂ, ਕੁਝ ਦਿੰਦੇ ਹਾਂ ਤੇ ਕੁਝ ਲੈਂਦੇ ਹਾਂ, ਮਾਇਆ ਦਿੰਦੇ ਹਾਂ ਤੇ ਸੌਦਾ ਚੱਕਦੇ ਹਾਂ, ਇਹ ਤਾਂ ਸੌਦਾ ਹੋ ਗਿਆ। ਤੈਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹਦੀ ਤੂੰ ਭੇਟਾ ਦੇ ਦਿੱਤੀ, ਮਿਲ ਗਈ, ਇਹ ਤਾਂ ਸੌਦਾ ਹੋ ਗਿਆ। ਸ਼ੁਕਰ ਹੈ, ਇਹਦੇ ਵਿੱਚ ਵੀ ਸ਼ੁਕਰ ਹੈ ਜੇ ਸਾਡੀ ਮੰਗ ਵਿੱਚ ਭਗਤੀ ਆ ਗਈ। ਪਰ ਸਾਹਿਬ ਕਹਿੰਦੇ ਨੇ, ਕਹਿੰਦੇ ਮੈਂ ਇੱਕ ਪੌੜੀ ਤੈਨੂੰ ਉੱਪਰ ਵੇਖਣਾ ਚਾਹੁੰਦਾ। ਜੇ ਮੰਗ ਪੂਰੀ ਹੋ ਗਈ, ਜਦੋਂ ਹੀ ਦੂਜੀ ਮੰਗ ਆਪਾਂ ਖੋਲ੍ਹ ਕੇ ਪੰਡ ਰੱਖ ਦਿੰਦੇ ਹਾਂ, ਤੀਜੀ ਮੰਗ, ਚੌਥੀ ਮੰਗ, ਪੰਜਵੀਂ ਮੰਗ, ਛੇਵੀਂ ਮੰਗ, ਸਾਰੀ ਜ਼ਿੰਦਗੀ ਫਿਰ ਪਦਾਰਥ ਹੀ ਮੰਗੀ ਜਾਂਦੀ, ਪਦਾਰਥ ਹੀ ਮੰਗੀ ਜਾਂਦੀ। ਸਾਹਿਬ ਕਹਿੰਦੇ ਨੇ ਮੇਰੇ ਦਰਬਾਰ 'ਚ ਆਇਆ ਹੈ, ਮੇਰੇ ਘਰ ਆਇਆ, ਕਦੇ ਮੈਨੂੰ ਵੀ ਮਿਲਣ ਆ ਜਾਇਆ ਕਰ, ਮੇਰੇ ਘਰ ਆਇਆ ਮੈਨੂੰ ਵੀ ਕਦੇ ਮਿਲਣ ਆ ਜਾਇਆ ਕਰ। ਆਉਂਦਾ ਹੀ ਖਾਲੀ ਪਦਾਰਥਾਂ ਨੂੰ ਮਿਲਣ, ਆਉਂਦੇ ਹੀ ਖਾਲੀ ਇਸ ਭਾਵਨਾ ਦੇ ਨਾਲ, ਇਸ ਸੁਰਤੀ ਬਿਰਤੀ ਦੇ ਨਾਲ ਕਿ ਆਹ ਦੇ ਦੇ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ। ਸਾਹਿਬ ਕਹਿੰਦੇ ਮੈਂ ਉਡੀਕਦਾ ਹੁੰਦਾ ਕਦੇ ਮੈਨੂੰ ਵੀ ਮੰਗ ਲੈ, ਕਦੇ ਮੈਨੂੰ ਵੀ ਮੰਗ ਲੈ। ਸਤਿ ਸ੍ਰੀ ਅਕਾਲ। ਕਰਮਾਂ ਵਾਲਿਓ, ਅੱਜ ਇਸ ਪਾਵਨ ਸ਼ਬਦ ਦੇ ਵਿੱਚ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਮੰਗੋ ਰਾਮ ਤੇ ਇੱਕ ਦਾਨ। ਕਹਿੰਦੇ ਉਹ ਦਾਨ ਮੰਗੀ, ਉਹ ਮੰਗ ਮੰਗੀ ਜਿਸ ਮੰਗ ਦੇ ਨਾਲ ਸਾਹਿਬ ਕਹਿੰਦੇ ਲੈ ਲਿਖ ਕੇ ਦੇ ਨਹੀਂ, ਸਗਲ ਮਨੋਰਥ ਪੂਰਨ ਹੋ, ਸਿਮਰੋ ਥੋਰਾ। ਜਦੋਂ ਤੁਸੀਂ ਨਾਮ ਮੰਗੋਗੇ, ਬੰਦਗੀ ਮੰਗੋਗੇ, ਗੁਰੂ ਨਾਨਕ ਨੂੰ ਹੀ ਮੰਗੋਗੇ ਸਾਧ ਸੰਗਤ। ਗੁਰੂ ਨਾਨਕ ਕੀ ਹੈ? ਗੁਰੂ ਨਾਨਕ ਕੌਣ ਨੇ?
ਜਿੱਥੇ ਕੀਰਤਨ, ਜਿੱਥੇ ਭਗਤੀ, ਉੱਥੇ ਗੁਰੂ ਨਾਨਕ, ਜਿੱਥੇ ਗੁਰੂ ਨਾਨਕ ਉੱਥੇ ਭਗਤੀ। ਆਖੋ ਸਤਨਾਮ। ਭਗਤੀ ਦਾ ਰੂਪ ਗੁਰੂ ਨਾਨਕ, ਨਾਨਕ ਦਾ ਰੂਪ ਭਗਤੀ। ਆਖੋ ਸਤਨਾਮ। ਨਾਨਕ ਕੇ ਘਰ ਕੇਵਲ ਨਾਮ। ਜਿੱਥੇ ਭਗਤੀ ਹੈ ਉੱਥੇ ਗੁਰੂ ਨਾਨਕ ਨੇ, ਔਰ ਜਿੱਥੇ ਗੁਰੂ ਨਾਨਕ ਨੇ ਉੱਥੇ ਭਗਤੀ ਹੈ। ਗੁਰੂ ਨਾਨਕ ਜਿੱਥੇ ਵੀ ਗਏ, ਜਿੱਥੇ ਚਰਨ ਪਾਏ, ਸਤਸੰਗ ਜਿਹੜਾ ਵੀ ਸਮਾ ਰਿਹਾ, ਮਹਾਰਾਜ ਨੇ ਭਗਤੀ ਨਾਲ ਰੱਖੀ ਹੈ, ਕੀਰਤਨ ਨਾਲ ਰੱਖਿਆ, ਰਬਾਬੀਆ ਨਾਲ ਰੱਖਿਆ, ਮਰਦਾਨਾ ਜੀ ਨਾਲ ਰੱਖੇ ਨੇ। ਜਿੱਥੇ ਗੁਰੂ ਨਾਨਕ ਉੱਥੇ ਭਗਤੀ, ਜਿੱਥੇ ਭਗਤੀ ਉੱਥੇ ਹੀ ਗੁਰੂ ਨਾਨਕ ਹੈ। ਆਖੋ ਸਤਨਾਮ। ਗੁਰੂ ਨਾਨਕ ਸੇ ਗੁਰੂ ਨਾਨਕ ਕੋ ਮੰਗ ਲਓ। ਇੱਕ ਰਾਜੇ ਨੇ ਐਲਾਨ ਕੀਤਾ, ਦਾਸ ਨੇ ਇਹ ਗਾਥਾ ਲਾਈ ਹੋਈ ਹੈ ਜੀ। ਇੱਕ ਰਾਜੇ ਨੇ ਐਲਾਨ ਕਰ ਦਿੱਤਾ ਆਪਣੇ ਰਾਜੇ ਦੇ ਵਿੱਚ ਕਿ ਜਿਤਨੇ ਮਹਾਤਮਾ ਨੇ, ਜਿੰਨੇ ਮਹਾਤਮਾ ਮੇਰੇ ਦਰਬਾਰ 'ਚ ਆਣ, ਮੈਂ ਉਹਨਾਂ ਦੀ ਝੋਲੀਆਂ ਭਰਨਾ ਚਾਹੁੰਦਾ। ਲਓ ਜੀ ਸਾਰੇ ਆ ਗਏ। ਇੱਕ ਫਰਿਆਦ ਕਰਦਾ ਹੈ ਜੀ ਆਹ ਦੇ ਦਿਓ, ਦੂਜਾ ਫਰਿਆਦ ਕਰਦਾ ਹੈ ਆਹ ਦੇ ਦਿਓ, ਤੀਜਾ ਆਹ ਦੇ ਦਿਓ, ਉਹ ਦੇ ਦਿਓ। ਕੋਈ ਮਾਇਆ ਮੰਗੇ, ਮਾਇਆ ਮਿਲ ਰਹੀ ਹੈ। ਕੋਈ ਜ਼ਮੀਨ ਜਾਇਦਾਦ ਮੰਗਦਾ, ਉਹਨੂੰ ਉਹ ਮਿਲਦਾ ਪਿਆ। ਕੋਈ ਕਿਹੜਾ ਸੁੱਖ ਪਦਾਰਥ ਮੰਗਦਾ, ਉਹਨੂੰ ਉਹ ਮਿਲਦਾ। ਸਾਰੇ ਜਦੋਂ ਭੁਗਤ ਗਏ, ਰਾਜੇ ਨੇ ਆਵਾਜ਼ ਮਾਰੀ, ਕਹਿੰਦੇ ਬਾਈ ਭੁਗਤ ਗਏ ਸਾਰੇ, ਕੋਈ ਰਹਿ ਤਾਂ ਨਹੀਂ ਗਿਆ। ਇੱਕ ਹੱਥ ਖੜਾ ਹੋਇਆ ਜੀ, ਇੱਕ ਮਹਾਤਮਾ ਨੇ ਹੱਥ ਖੜਾ ਕੀਤਾ। ਰਾਜਨ ਕਹਿਣ ਲੱਗੇ, ਕਹਿੰਦੇ ਮਹਾਤਮਾ ਜੀ ਤੁਸੀਂ ਕਿਉਂ ਰਹਿ ਗਏ, ਤੁਸੀਂ ਕਿਉਂ ਨਹੀਂ ਮੰਗਿਆ? ਅੱਗੋਂ ਜਵਾਬ ਦਿੱਤਾ, ਕਹਿੰਦੇ ਰਾਜਾ ਮੈਂ ਤੇਰੇ ਪਿੱਛੇ ਨਹੀਂ ਮੰਗਿਆ। ਉਹ ਬੜਾ ਹੈਰਾਨ ਹੋਇਆ, ਕਹਿੰਦੇ ਕਮਾਲ ਹੈ, ਮੇਰੇ ਪਿੱਛੇ ਨਹੀਂ ਮੰਗੇ, ਮੈਂ ਖੁਦ ਕਹਿ ਰਿਹਾ ਮੰਗੋ। ਕਹਿੰਦੇ ਨਹੀਂ ਰਾਜਾ, ਨਹੀਂ, ਜੇ ਮੈਂ ਕੁਝ ਮੰਗ ਲਿਆ ਔਰ ਤੁਸੀਂ ਨਹੀਂ ਦੇ ਸਕੇ, ਮੈਂ ਨਹੀਂ ਚਾਹੁੰਦਾ ਭਰੀ ਸਲਾਹ ਦੇ ਵਿੱਚ ਮੇਰੇ ਰਾਜਨ ਦੀ ਬੇਇੱਜ਼ਤੀ ਹੋ ਜਾਏ, ਬੇਇੱਜ਼ਤੀ ਹੋ ਜਾਏ ਭਰੇ ਸਭਾ ਦੇ ਵਿੱਚ ਮੇਰੇ ਰਾਜਨ ਦੀ। ਰਾਜਾ ਹੁਣ ਸਾਧ ਸੰਗਤ ਅਣਖ 'ਚ ਆ ਗਿਆ, ਕਹਿੰਦੇ ਐਸੀ ਕਿਹੜੀ ਚੀਜ਼ ਹੈ ਜਿਹੜੀ ਮੈਂ ਨਹੀਂ ਦੇ ਸਕਦਾ? ਕਹਿੰਦੇ ਹੁਣ ਮੰਗਣਾ ਹੀ ਪੈਣਾ, ਮਹਾਤਮਾ ਮੰਗੋ। ਕਹਿੰਦੇ ਰਾਜਨ ਮਜਬੂਰ ਕਰ ਰਿਹਾ ਤੂੰ, ਨਹੀਂ ਮਹਾਤਮਾ ਹੁਣ ਮੰਗੇ ਬਿਨਾਂ ਜਾਣ ਨਹੀਂ ਦੇਣਾ, ਮਜਬੂਰ ਕਰ ਰਿਹਾ ਤੂੰ। ਕਹਿੰਦੇ ਮੰਗਣਾ ਹੀ ਪੈਣਾ, ਹਰ ਹਾਲ 'ਚ ਮੰਗਣਾ ਪੈਣਾ, ਮੰਗੋ। ਮਹਾਤਮਾ ਬੋਲੇ ਠੀਕ ਹੈ ਰਾਜਨ, ਜੇ ਕਹਿੰਦੇ ਮੰਗਣ ਵਾਸਤੇ ਫਿਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਤੂੰ ਚਾਹੀਦਾ। ਆਖੋ ਸਤਨਾਮ। ਤੂੰ ਚਾਹੀਦਾ। ਸਤਿ ਸ੍ਰੀ ਅਕਾਲ। ਮਾਲ ਖਜ਼ਾਨਾ ਥੇ ਹੋ ਘਰ, ਹਰ ਕੇ ਚਰਨ ਨਿਧਾਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਦਨੋ ਮੰਗੇ ਦਾਨ। ਇੱਕ ਜਾਚਕ ਇੱਥੇ ਖੜਾ ਹੋਇਆ, ਮੈਨੂੰ ਗੱਡੀ ਦੇ ਦੇ। ਇੱਕ ਜਾਚਕ ਖੜਾ ਹੋਇਆ, ਮੇਰੇ ਪੁੱਤਰ ਦਾ ਵੀਜ਼ਾ ਲੱਗ ਜੇ। ਇੱਕ ਜਾਚਕ ਖੜਾ ਹੋਇਆ, ਮੈਨੂੰ ਸ਼ੋਰੂਮ ਵੱਡਾ ਹੋ ਜੇ। ਇੱਕ ਜਾਚਕ ਖੜਾ ਹੋਇਆ, ਆਹ ਮਿਲ ਜੇ, ਆਹ ਮਿਲ ਜੇ, ਆਹ ਮਿਲ ਜੇ।
ਇੱਕ ਜਾਚਕ ਖੜਾ ਹੋਇਆ, ਮੇਰਾ ਵਿਆਹ ਹੋ ਜੇ। ਮਹੀਨੇ ਬਾਅਦ ਆਉਂਦਾ ਉਹੀ ਜਾਚਕ, ਮੇਰਾ ਤਲਾਕ ਹੋ ਜੇ। ਆਖੋ ਸਤਨਾਮ। ਇੱਦਾਂ ਦਾ ਕੰਮ ਹੀ ਤੁਰਿਆ ਪਿਆ ਅੱਜ ਕੱਲ੍ਹ। ਪਹਿਲੇ ਤਰਲੇ ਪਾਉਂਦੇ ਨੇ ਵਿਆਹ ਹੋ ਜੇ, 6 ਮਹੀਨੇ ਬਾਅਦ ਤਰਲੇ ਪਾਉਂਦੇ ਨੇ ਹੁਣ ਤਲਾਕ ਹੋ ਜੇ। ਆਹ ਤਾਂ ਹਾਲ ਹੈ, ਸਹੀ ਹੈ। ਹੁਣ ਮੈਂ ਥੋੜ੍ਹਾ ਜਿਹਾ ਟਰੈਕ ਹਲਕਾ ਜਿਹਾ ਬਦਲਿਆ, ਹਲਕਾ ਜਿਹਾ। ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਉਹ ਇੱਕ ਸਰੀਰ ਸਾਧ ਸੰਗਤ, ਕਾਫੀ ਪੁਰਾਣੀ ਗੱਲ ਹੈ। ਉਦੋਂ ਬੜਾ ਬੜਾ ਆਪਾਂ ਹਾਸੇ ਸੀਗੇ, ਪੂਰਾ ਜਥਾ ਸੀ, ਬੜੇ ਹਾਸੇ ਆਪਾਂ। ਸਾਡੇ ਵਿੱਚੋਂ ਹੀ ਸਾਧ ਸੰਗਤ ਕੋਈ ਗੁਰਮੁਖ ਪਿਆਰਾ ਸੀ, ਉਹ ਵਿਚਾਰੇ ਦਾ ਵਿਆਹ ਨਾ ਹੋ, ਵੱਡੀ ਉਮਰ ਹੋਈ ਜਾਵੇ, ਟੈਨਸ਼ਨ ਪੈ ਰਹੀ ਉਹਨੂੰ। ਕਿਸੇ ਨੇ ਕਿਹਾ, ਕਹਿੰਦੇ ਵੀਰ ਜੀ ਕੋਲ ਨੇਮ ਲੈ ਲੈ। ਆ ਗਿਆ, ਕਹਿੰਦਾ ਵੀਰ ਜੀ ਨੇਮ ਦੇ। ਮੈਂ ਕਿਸ ਚੀਜ਼ ਲਈ? ਕਹਿੰਦਾ ਮੇਰਾ ਵਿਆਹ ਹੋ। ਅੱਛਾ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਜੋ ਮਹਾਰਾਜ ਨੇ ਬੁੱਧੀ ਦਿੱਤੀ, ਬਖਸ਼ਿਸ਼ ਕੀਤੀ, ਉਹ ਨੇਮ ਉਹਦੀ ਝੋਲੀ 'ਚ ਪਾਤਾ। ਮਹਾਰਾਜ ਨੇ ਦਇਆ ਕੀਤੀ ਸਾਧ, ਕਿਉਂਕਿ ਬਾਣੀ ਹੈ ਨਾ, ਬਾਣੀ ਨੇ ਤਾਂ ਕਾਰਜ ਸਿੱਧ ਕਰਨੇ ਹੀ ਨੇ। ਗੁਰੂ ਦਾ ਸ਼ਬਦ ਰੰਗ ਲਿਆਉਂਦਾ ਹੈ, ਆਖੋ ਸਤਨਾਮ। ਗੁਰੂ ਦਾ ਸ਼ਬਦ ਵਰਤਦਾ ਹੈ, ਅਤੇ ਗੁਰੂ ਨੇ ਮਿਹਰ ਕਰਤੀ ਜੀ, 2-3 ਮਹੀਨਿਆਂ ਦੇ ਅੰਦਰ ਅੰਦਰ ਗੁਰੂ ਦੀ ਬਖਸ਼ਿਸ਼ ਹੋ ਗਈ ਜੀ, ਵਿਆਹ ਹੋ ਗਿਆ। ਸਾਲ ਟੱਪਿਆ ਜੀ, ਹੁਣ ਕਲਪਿਆ ਪਿਆ, ਦੁਖੀ ਹੋਇਆ ਪਿਆ, ਔਖਾ ਹੋਇਆ ਪਿਆ, ਗ੍ਰਸਤੀ ਬੜੀ ਦੁਖੀ। ਸਾਲ ਬਾਅਦ ਆ ਗਿਆ ਮੇਰੇ ਕੋਲ, ਕਹਿੰਦੇ ਵੀਰ ਜੀ ਬੇਨਤੀ। ਮੈਂ ਕਿਹਾ ਦੱਸੋ। ਕਹਿੰਦੇ ਨੇਮ ਦੇ ਦਿਓ। ਮੈਂ ਕਿਸ ਵਾਸਤੇ? ਕਹਿੰਦੇ ਜੀ ਛੁੜ ਛੁੜਈਆ ਹੋ ਜੇ। ਮੈਂ ਕਿਹਾ ਵਾਹ ਓਏ ਵਾਹ, ਪਹਿਲੇ ਨੇਮ ਬੀਬੀ ਮਿਲ ਜਾਵੇ, ਹੁਣ ਬੀਬੀ ਤੁਰ ਜਾਵੇ, ਵੀ ਖੇਡ ਬਣਾਈ ਵੀ ਲੋਗਨ ਰਾਮ। ਯਕੀਨ ਜਾਣਨਾ ਸਾਧ ਸੰਗਤ ਜੀ, ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਗੁਰੂ ਨਾਨਕ ਲਈ ਗੁਰੂ ਨਾਨਕ ਨੂੰ ਮੰਗਾਂਗੇ, ਯਕੀਨ ਜਾਣਨਾ, ਜੇ ਬ੍ਰਿਕਸ਼ ਮਿਲ ਗਿਆ, ਬ੍ਰਿਕਸ਼ ਦੇ ਸਾਰੇ ਫੁੱਲ ਫਲ ਪੱਤੇ ਘਣੀ ਛਾਂ, ਉਹ ਮੇਰੀ। ਆਖੋ ਸਤਨਾਮ। ਕੋਈ ਇੱਥੇ ਜਾਚਕ ਆਉਂਦਾ ਮੈਨੂੰ ਆਹ ਮਿਲ ਜੇ, ਕੋਈ ਜਾਚਕ ਆਉਂਦਾ ਮੈਨੂੰ ਆਹ ਮਿਲ ਜੇ, ਕੋਈ ਜਾਚਕ ਆਉਂਦਾ ਮੈਨੂੰ ਆਹ ਮਿਲ ਜੇ, ਕੋਈ ਵਿਰਲਾ ਇੱਥੇ ਖੜਾ ਹੁੰਦਾ ਗਰੀਬ ਨਿਵਾਜ, 1.5 ਘੰਟੇ ਦਾ ਨੇਮ ਤੁਸੀਂ ਦਿੱਤਾ, ਕਿਰਪਾ ਕਰ ਦਿਓ 2.5 ਘੰਟੇ ਕਰ ਦਿਓ। ਆਖੋ ਸਤਨਾਮ। ਕੋਈ ਗਰੀਬ ਨਿਵਾਜ ਤੁਹਾਡਾ ਤਰਸ ਬਣਿਆ, 3 ਵਜੇ ਜਾਗ ਜਾਂਦਾ ਗਰੀਬ ਨਿਵਾਜ, ਕਿਰਪਾ ਕਰ ਦਿਓ 2.5 ਜਗਾ, 2 ਘੰਟੇ ਦਾ ਪਹਿਰਾ ਤੁਸੀਂ ਬਖਸ਼ਿਸ਼ ਕੀਤਾ ਗਰੀਬ ਨਿਵਾਜ, ਕਿਰਪਾ ਕਰ ਦਿਓ ਹੁਣ 2.5 ਘੰਟੇ ਦਾ ਕਰ ਦਿਓ। ਨਾਨਕ ਜਾਚਕ ਦਰ ਤੇਰੇ ਪ੍ਰਭ ਦੁੱਧ ਨੂੰ। ਕੋਈ ਵਿਰਲਾ ਜਿਹੜਾ ਇੱਥੇ ਖੜ ਕੇ ਨਿਤਨੇਮ ਮੰਗਦਾ ਹੈ, ਕੋਈ ਵਿਰਲਾ ਇੱਥੇ ਖੜ ਕੇ ਸੁਖਮਨੀ ਦਾ, ਰੁਕੀ ਹੋਈ ਸੁਖਮਨੀ ਦਾ ਜਾਪ ਮੰਗਦਾ ਕਿ ਗਰੀਬ ਨਿਵਾਜ, ਚੰਗਾ ਭੱਲਾ ਸੁਖਮਨੀ ਸਾਹਿਬ ਕਰਦਾ ਸੀ ਰੁਕਿਆ ਹੋਇਆ, ਤੋਰ ਦਿਓ ਮਹਾਰਾਜ, ਤੋਰ ਦਿਓ ਮਹਾਰਾਜ ਸੱਚੇ ਪਾਤਸ਼ਾਹ, ਚੰਗਾ ਭੱਲਾ ਆਸਾ ਕੀ ਵਾਰ ਵੀ ਕਰਦਾ ਸੀ ਰੋਜ਼, ਗਰੀਬ ਨਿਵਾਜ ਰੁਕਿਆ ਹੋਇਆ, ਤੋਰ ਦਿਓ। ਕੋਈ ਵਿਰਲਾ ਹੈ। ਸਾਹਿਬ ਕਹਿੰਦੇ ਨੇ
ਜੇ ਆ ਮੰਗ ਮੰਗ ਲਈ ਕਹਿੰਦੇ ਫਿਰ ਕੋਈ ਮੰਗ ਮੰਗਣ ਜੋਗਾ ਹੀ ਨਹੀਂ ਰਹੇਗਾ। ਆਖੋ ਸਤਨਾਮ, ਲੋ ਕਰੋ ਗੱਲ ਸਾਸ ਮਹਾਰਾਜ ਕਹਿੰਦੇ ਜੇ ਆ ਮੰਗ ਨਾਮ ਮੰਗ ਲਿਆ ਨਾ ਬੰਦਗੀ ਮੰਗ ਲਈ, ਤੂੰ ਕਿਸੇ ਹੋਰ ਮੰਗ ਜੋਗਾ ਰਹੇਗਾ ਹੀ ਨਹੀਂ, ਕਿਉਂ? ਸਾਰੀਆਂ ਮੰਗਾਂ ਤੇਰੀਆਂ ਗੁਰੂ ਨਾਨਕ ਪੂਰੀਆਂ ਕਰ ਦੇਣਗੇ, ਫਿਰ ਮੰਗਣ ਜੋਗਾ ਕਿੱਥੇ ਰਹਿ ਗਿਆ, ਕਿੱਥੇ ਜੋਗਾ ਰਹਿ ਗਿਆ? ਜਾਂ ਸਾਰੀਆਂ ਮੰਗਾਂ ਹੀ ਪੂਰੀਆਂ ਹੋ ਗਈਆਂ। ਯਕੀਨ ਜਾਣੇ ਪਿਛਲੇ ਦਿਨਾਂ 'ਚ ਦਾਸ ਨੇ ਗੱਲ ਕਹੀ ਸੀ, ਜਦੋਂ ਤੁਸੀਂ ਗੁਰੂ ਨਾਨਕ ਵੱਲ ਤੁਰਦੇ ਹੋ ਇੱਕ ਕਦਮ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਕੇ ਹੋਏ ਲੇਤ ਹੈ। ਤੁਸੀਂ ਕਦਮ ਇੱਕ ਵਧਾਇਆ, ਗੁਰੂ ਨਾਨਕ ਨੇ ਕਰੋੜਾਂ ਕਦਮ ਵਧਾਉਣੇ ਜੀ, ਪਰ ਵਧਾਓ ਇੱਕ ਕਦਮ ਨਿਤਨੇਮ ਦਾ ਬੰਦਗੀ। ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ। ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ, ਮਿਹਰ ਕਰ ਦੇਣ। ਜ਼ਰੂਰਤ ਹੈ, ਜ਼ਰੂਰ ਮੰਗੋ, ਪਰ ਆਪਣੀ ਮੰਗ ਨੂੰ ਭਗਤੀ ਬਣਾ ਦਿਓ। ਅਤੇ ਜੇ ਕਿਤੇ ਮੰਗਾਂ ਹੁਣ ਥੋੜ੍ਹਾ ਹੁਣ ਸਟੇਬਲ ਹੋ ਗਿਆ ਹੈ, ਕੰਮ ਗ੍ਰਸਤੀ ਥੋੜ੍ਹੀ ਸੌਖੀ ਤੁਰ ਰਹੀ ਹੈ, ਅਤੇ ਹੁਣ ਉਹ ਚੀਜ਼ ਮੰਗਣਾ ਕਿ ਫਿਰ ਮੰਗਣ ਜੋਗੇ ਹੀ ਨਾ ਰਹੋ। ਆਖੋ ਸਤਨਾਮ। ਸਗਲ ਮਨੋਰਥ ਪੂਰਨ ਹੋਵੇ ਸਿਮਰੋਂ, ਫਿਰ ਗੁਰੂ ਨਾਨਕ ਕੋਲੋਂ, ਗੁਰੂ ਨਾਨਕ ਕੋਲੋਂ ਗੁਰੂ ਨਾਨਕ ਦੀ ਭਗਤੀ ਮੰਗਿਓ, ਬੰਦਗੀ ਮੰਗਿਓ, ਸਿਮਰਨ ਮੰਗਿਓ, ਅੰਮ੍ਰਿਤ ਵੇਲਾ ਮੰਗਿਓ, ਨਿਤਨੇਮ ਮੰਗਿਓ, ਬਾਣੀ ਦਾ ਪਹਿਰਾ ਮੰਗਿਓ, ਚੌਂਕੜੇ ਮੰਗਿਓ। ਕਿ ਗਰੀਬ ਨਿਵਾਜ਼ 2 ਘੰਟੇ 2.5 ਘੰਟੇ 3 ਘੰਟੇ 4 ਘੰਟੇ ਦੇ ਮੇਰੇ ਚੌਂਕੜੇ ਬਖਸ਼ ਦਿਓ। ਆਖੋ ਸਾਧਨਾ। ਮੰਗਿਓ ਤੇ ਫਿਰ ਗੁਰੂ ਨਾਨਕ ਕੋਲੋਂ ਅੰਦਰ ਦਾ ਰਸ ਮੰਗਿਓ, ਕਰੀਬ ਨਿਵਾਜ਼ ਬਾਣੀ ਪੜਾ ਰਸ ਚ, ਛੱਡਣ ਦਾ ਮਨ ਹੀ ਨਾ ਕਰੇ। ਮੈਂ ਤੁਹਾਡੀ ਬਾਣੀ ਪੜਾਂ, ਤੁਹਾਡਾ ਸਿਮਰਨ ਕਰਾਂ, ਤੁਹਾਡੀ ਬੰਦਗੀ ਕਰਾਂ, ਛੱਡਣ ਦਾ ਮਨ ਹੀ ਨਾ ਕਰੇ, ਇਹ ਰਸ ਮੰਗਿਓ। ਆਖੋ ਸਤਨਾਮ। ਠਾਕੁਰ ਗਾਈਏ ਆ ਮੰਗਿਓ ਕਿ ਗਰੀਬ ਨਿਵਾਜ਼ ਮੈਂ ਤੁਹਾਨੂੰ ਗਾਵਾਂ, ਇੱਕ ਰੰਗ 'ਚ ਗਾਵਾਂ, ਖੇੜੇ 'ਚ ਗਾਵਾਂ। ਜਦੋਂ ਤੁਹਾਨੂੰ ਗਾਵਾਂ ਦੁਨੀਆਂ ਭੁੱਲ ਜਾਵਾਂ, ਜਦ ਤੁਹਾਨੂੰ ਚੇਤੇ ਕਰਾਂ ਦੁਨੀਆਂ ਭੁੱਲ ਜਾਵਾਂ। ਇਹ ਨਾ ਹੋਵੇ ਅਸੀਂ ਗੁਰੂ ਨਾਨਕ ਨੂੰ ਵੀ ਚੇਤੇ ਕਰੀਏ ਅਤੇ ਧਿਆਨ ਕਿਤੇ ਹੋਰ ਹੁੰਦਾ ਹੋਵੇ, ਉਹ ਵੀ ਚੇਤੇ ਆ ਰਿਹਾ, ਉਹ ਵੀ ਚੇਤੇ ਆ ਰਿਹਾ, ਅਤੇ ਇੱਧਰ ਰਸਨਾ 'ਤੇ ਗੁਰੂ ਨਾਨਕ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਜਦੋਂ ਮੈਂ ਤੁਹਾਨੂੰ ਚੇਤੇ ਕਰਾਂ ਅਤੇ ਖਾਲੀ ਤੁਹਾਨੂੰ ਚੇਤੇ ਕਰਾਂ, ਬਾਕੀ ਸਭ ਭੁੱਲ ਜਾਵਾਂ, ਸਭ ਵਿਸਰ ਜਾਵੇ ਮੈਨੂੰ। ਜੇ ਮੈਂ ਤੁਹਾਨੂੰ ਚੇਤੇ ਕਰਾਂ ਨਾ, ਬਸ ਤੁਹਾਡੇ ਜੋਗਾ ਹੀ ਰਹਿ ਜਾਵਾਂ। ਗੁਰੂ ਮਿਹਰ ਕਰਨ, ਆ ਬਖਸ਼ਿਸ਼ ਕਲਾ ਵਰਤ ਜਾਵੇ ਜੀ।